हाँ जी भाई जी सारा भाई सकल जी संदीप डे फैन तुहाडा बहुत बहुत वेलकम है जी। वीजा जी अपनी विजिट हैगी आ पिंड डोगर जिला गुरदासपुर पैंदा है जी तहसील बटाला नज़दीक फतेहगढ़ चूड़ियाँ जी। भाई जग्गू ने पहुँच चुके हैं जी। फिर आप अज भाई को चार झोटियां जी सिरे दियाँ पूरियां पकाऊ है जी। तो आओ हूँ भाई जी ने गलबात करिए कि इन्हें प्राइस की है की मिल रिकॉर्ड आ। उस तो पहले भी जी रिक्वेस्ट करें तो पहले कि चवाई करो पास कर लैके जाओ पूरी तसली ने खरीदो। बार बार जी अभी बेनती कर देने कि चवाई जरूर करो नाले वीडियो बात शेयर कर दिया करो तो अगर भी किसी चीज़ का फायदा हो सके। हम आप भाई जी ने गलबात करिए। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਦੀਪ ਜੀ, ਪਹਿਲਾਂ ਜੀ ਆਇਆਂ ਨੂੰ ਵੈਲਕਮ ਤੁਹਾਨੂੰ ਤੁਹਾਡਾ ਬਾਈ ਜੀ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਜੀ। ਬਾਕੀ ਵੇਖਣ ਵਾਲਿਆਂ ਵੀ ਵੀਰਾਂ ਭਰਾਵਾਂ ਨੂੰ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ। ਹੋਰ ਸੁਣਾਓ ਬਾਈ ਜੀ। ਬਾ ਠੀਕ ਠਾਕ ਹੋ ਸੰਦੀਪ ਜੀ, ਪਹਿਲਾਂ ਤੁਹਾਨੂੰ ਜੀ ਆਇਆਂ ਵੈਲਕਮ। ਹਾਂਜੀ ਹਾਂਜੀ। ਬਾਕੀ ਵੇਖਣ ਵਾਲਿਆਂ ਸਾਡੇ ਵੀਰਾਂ ਭਰਾਵਾਂ ਨੂੰ ਹਾਂਜੀ ਹਾਂਜੀ ਬਾਕੀ ਤੁਹਾਨੂੰ ਤਾਂ ਮੁਬਾਰਕ ਵਾਲੀ ਗੱਲ ਹੈ 4 ਲੱਖ ਰੁਪਏ। ਹਾਂ ਬਿਲਕੁਲ ਨਾਲ ਜੁੜ ਗਿਆ। ਹਾਂ ਸਹੀ ਸਹੀ ਜੁੜ ਗਿਆ ਜੁੜ ਗਿਆ ਬਾਈ। ਵੀਡੀਓ ਸੰਦੀਪ ਜੀ ਆਪਣੀ ਚੱਲਦੀ ਹੈ। ਚਲੋ ਚਲੋ ਤੁਹਾਡੇ ਦੇ ਆਣਾ ਬਾਈ ਜੀ, ਜਿਹੜੇ ਪਰਿਵਾਰ ਆਪਣਾ ਵੇਖ ਰਹੇ ਨੇ ਜੀ। ਸਹੀ ਗੱਲ ਸਹੀ ਗੱਲ ਜੀ। ਹਾਂਜੀ ਉਹਨਾਂ ਸਿਰ ਤੇ ਹੈ ਜੀ। ਸਾਰੇ ਵੀਰਾਂ ਭਰਾਵਾਂ ਸੰਯੋਗ ਨਾਲ ਹੁੰਦਾ। ਹਾਂਜੀ ਹਾਂਜੀ ਹਾਂਜੀ। ਇਕੱਲਾ ਤੇ ਕੋਈ ਵੀ ਨਹੀਂ ਇਹ ਕੰਮ ਕਰ ਸਕਦਾ। ਬਿਲਕੁਲ ਬਾਈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ। ਹਾਂਜੀ ਉਹ ਠੀਕ ਹੈ। ਬਾ ਵਧੀਆ ਜੀ। ਤੇ ਬਾਈ ਜੀ ਫਿਰ ਅੱਜ ਹਾਂਜੀ ਸੰਦੀਪ ਜੀ ਆਪਣੇ ਕੋਲ ਦੋਂਦੀ ਕੱਟੀ ਆ। ਅੱਛਾ ਦੋ ਦੰਦ ਹੈ ਜੀ। ਪਿਓਰ ਦੋਂਦੀ ਕੱਟੀ ਆ। ਹਾਂਜੀ ਟੈਂਪਰੇਚਰ ਕੋ 14 ਕਿਲੋ ਹੈ ਠੰਡਾ ਕਰਕੇ ਦੁੱਧ। ਠੰਡਾ ਕਰਕੇ। ਹਾਂਜੀ ਹਾਂਜੀ। ਖੋਲੋ ਬਾਈ ਜੀ ਫਿਰ। ਦੇਖੋ ਜੀ ਦੋ ਦੰਦ ਝੋਟੀ 14 ਕਿਲੋ ਦੁੱਧ ਪੂਰਾ ਠੰਡਾ ਕਰਕੇ। ਤੇ ਵੱਡੀ ਝੋਟੀ ਹੈ ਜੀ ਪੂਰੀ ਆ ਵੇਖੋ। ਤੇ ਵੇਖੋ ਕੁਆਲਿਟੀ ਦੇਖੋ ਝੋਟੀ ਦੀ ਜੀ। ਤੇ ਤੁਹਾਨੂੰ ਪਤਾ ਜੀ ਬਾਈ ਨੇ ਮਾਲ ਸਾਰਾ ਉਧਰੋਂ ਹੀ ਆਉਂਦਾ ਜੀ। ਠੀਕ ਹੈ ਜੀ ਚੈੱਕ ਕਰੋ ਆ ਪੂਰੇ ਚੰਗੀ ਤਰ੍ਹਾਂ। ਦੇਖੋ ਚਵਾਪ ਸਮਾਂ ਬਾਈ ਜੀ ਕਿਵੇਂ ਜੀ। ਬੱਚਾ ਲਾ ਕੇ ਬਹਾਵਾਂਗੇ ਜੀ। ਆ ਦੇਖੋ ਆ ਜਾਓ ਘੁਮਾ ਲਓ ਬਾਈ ਜੀ ਘੁਮਾ ਲਓ। ਦੰਦ ਵੀ ਚੈੱਕ ਕਰਾਓ ਜੀ ਕਰਾਓ ਚੈੱਕ। ਹਾਂ ਦੋ ਦੋ ਦੰਦ ਜੀ ਦੋ ਦੰਦ। ਤਾਂ ਬਾਈ ਜੀ ਬੰਦੇ ਬੜੇ ਚੋਬਰ ਹੁੰਦੇ ਸੀ ਆਪਣੇ ਕਿਤੇ ਭੱਜ ਗਏ ਹੈਂਜੀ। ਮਾਲ ਮੁੱਲ ਲੈਂਦੇ ਨੇ ਗਏ ਠੀਕ ਆ। ਚਲੋ ਚਲੋ ਲਾ ਲਓ ਬੱਚਾ ਜੀ ਬਾਈ ਜੀ ਫਿਰ। ਚੱਡੇ ਨਾੜਾ ਦੇਖੋ ਜੀ ਬਾਹਲੀ ਚੰਗੀ ਸੰਦੀਪ ਜੀ। ਬਹੁਤ ਚੰਗੀ ਬਹੁਤ ਚੰਗੀ। ਲਾਓ ਬੱਚਾ ਜੀ ਟੋਕੜਾ ਤਕੜਾ ਮਹਿੰਗੇ ਖਰੀਦੀ ਲਈ ਜਾਇਆ ਕਰੋ ਬਾਈ ਜੀ ਕੋਈ ਨਾ ਕੋਈ। ਸੰਦੀਪ ਜੀ ਪਿਓਰ ਨੀਲੀ ਦੇ ਅੱਜ ਪਾਉਣ ਲੱਗੇ ਹਾਂ ਟੋਕੜ। ਅੱਛਾ ਟੋਕੜ ਪਿਓਰ ਨੀਲੀ ਪਿਓਰ ਬ੍ਰੀਡਰ ਮਹੀਂ ਦਾ ਨਹੀਂ ਨੀਲੀ ਦੀ ਠੀਕ ਆ। ਵਾਹ ਜੀ ਵਾਹ ਦੇਖੋ ਗੱਬਣ ਵੀ ਨਾਲੇ ਜੀ। ਸੰਦੀਪ ਜੀ ਮੈਂ 100% ਦੇ ਗੱਬਣ ਨੇ ਕੋ 1.5 ਮਹੀਨਾ ਹੋ ਗਿਆ ਬਣੀ ਨੂੰ ਠੀਕ ਆ। ਤੇ ਚਲੋ ਗਾਂ ਗਾਂ ਕਰਨੇ ਕਰੇ ਜੀ। ਹਾਂਜੀ ਆਪਣੇ ਕੋ ਮੈਂ ਗਈ ਦੀ। ਅੱਛਾ ਆਪਣੇ ਕੋਲ ਗਈ ਆ ਠੀਕ ਆ ਬਾਜੀ ਠੀਕ ਆ। ਆਪਣੀ ਵੀਡੀਓ ਜੀ ਸੰਦੀਪ ਜੀ ਮਾਜਾ ਕੀ ਆ। ਅੱਛਾ ਹਾਂਜੀ ਠੀਕ। ਬਾਈ ਫਿਰ ਕਿੰਨੇ ਬੱਚੇ ਤੁਹਾਡੇ ਜੀ? ਅੱਛਾ ਇੱਕ ਆ ਵਪਾਰੀ ਬਣ ਜਾਣਾ। ਹਾਂ ਲੱਗਦਾ ਨਾਲ ਹੀ ਰਹਿੰਦਾ ਤੁਹਾਡੇ ਜੀ ਨਾਲ ਹੀ ਰਹਿੰਦਾ। ਬਿਲਕੁਲ ਬਿਲਕੁਲ ਬਣੂਗੇ ਵਪਾਰੀ ਜੀ ਫਿਰ। ਆ ਪੀੜੀ ਦਾ ਪੀੜੀ ਜੀ ਕਿ ਨਹੀਂ? ਤੇ ਬਾਈ ਫਿਰ ਕੱਲ੍ਹ ਨੂੰ ਫਿਰ ਇਹ ਜੋ ਕੋਈ ਇਹਦੇ ਕੋਲ ਵੀਡੀਓ ਬਣਾਉਣਾ ਪੁੱਛ ਕਹੂਗੇ ਜੀ ਕਿ ਸਾਨੂੰ ਜੀ 40 ਸਾਲ ਹੋ ਗਏ। ਮਾੜਾ ਥੋੜਾ ਉਹਨੂੰ ਸ਼ੌਂਕ ਤਾਂ ਹੀ ਥੱਲੇ ਖੜਾ ਉਹਨੂੰ ਟੀਵੀ ਨਹੀਂ ਛੱਡਿਆ ਹੁੰਦਾ ਕਾਰਟੂਨ ਵੇਖੀ ਜਾਂਦਾ ਹੁੰਦਾ ਨਹੀਂ ਤਾਂ। ਸੁਖਿੰਦਰ ਜੀ ਵੇਖੋ ਨਾੜਾ ਥੋੜਾ ਮੈਂ ਨਹੀਂ ਹੈ ਭੈਣ ਤੇ ਕੋਈ ਨਹੀਂ ਹੈ ਕੁੜੀ ਜਵਾਬ ਆ ਗਈ। ਸਭ ਤੋਂ ਪਹਿਲਾਂ ਝੋਟੀਆਂ ਕਈਆਂ ਦੇ ਥਾਣ ਇਕੱਠੇ ਹੁੰਦੇ ਆ। ਹਾਂਜੀ ਵੇਖੋ ਵਿਰਲ ਝੋਟੀ ਦੀ ਵੇਖੋ ਵਿਰਲ ਵਿਰਲ ਵੇਖੋ ਚਾਰ ਸਵੇਰੇ ਵਿਰਲ ਕੁਝ ਕੱਟੀ ਦੀ ਕਿੰਨੀ ਦੀ ਹਾਂਜੀ ਵੇਖੋ ਆ ਚੋਣ ਵੇਖੋ ਸੰਦੀਪ ਜੀ ਸਹੀ ਗੱਲ ਹੈ ਜੀ। ਨਹੀਂ ਨਹੀਂ ਕਿਉਂ ਹੁੰਦਾ ਨਹੀਂ ਸੰਦੀਪ ਜੀ ਪੈਂਦਾ ਤੋਰਦੇ ਤੋਰੋ ਜੀ ਵੇਖੋ ਜੀ ਇੱਕ ਤੋਰ ਕੇ ਬੱਚਾ ਕਟਾ ਗਿਆ ਜੀ ਤੋਰੋ ਜੀ ਆ ਦੇਖੋ ਹੁਣ ਕਹਿਣਾ ਬੜਾ ਔਖਾ ਹੈ ਐਡੀ ਸਮਾਉਣੀ ਬੜੀ ਔਖੀ ਹੈ ਔਖੀ ਹੈ ਬਾਜੀ ਔਖੀ ਹੈ ਵੇਖੋ ਖਰਾਕਾਂ ਨਾ ਪਾਲਦੀਆਂ ਬਾਜੀ ਐਵੇਂ ਥੋੜ੍ਹਾ ਕਰੀ ਜੀ। ਹਾਂ ਆ ਜਾਓ ਜੀ ਆ ਜਾਓ ਦੇਖੋ ਲੈ ਚਲੋ ਬਾਜੀ ਫਿਰ ਕੀ ਸੇਵਾ ਪਾਣੀ ਫਿਰ ਇਹਦਾ ਸੇਵਾ ਪਾਣੀ ਦੇ ਸੰਦੀਪ ਜੀ ਕੰਮ ਹੁਣ ਮਿਲ ਗਿਆ ਹੀ ਚੱਲਣ ਡਿਆ ਦੁਨੀਆ ਕੰਮ ਤੁਹਾਨੂੰ ਪਤਾ ਥੋੜ੍ਹਾ ਜਿਹਾ ਚੰਗੀ ਝੋਟੀ ਦਾ ਚੰਗਾ ਹੀ ਮੁੱਲ ਜੀ। ਹਾਂਜੀ ਹਾਂਜੀ 1,70,000 ਦੀ ਦੇ ਦਾਂਗੇ ਦੁਨੀਆ ਤੇ ਮਾਨਤਨ ਕਿੰਨਾ ਜੀ
ਸੰਦੀਪ ਜੀ ਕਰ ਦਾਂਗੇ 1000 ਛੋੜ ਦੇ 1000 ਛੋੜ ਹਾਂਜੀ ਨਹੀਂ 1000 ਉਹ ਕਰ ਦਾਂਗੇ ਚਲੋ 2 ਕਰ ਦਾਂਗੇ ਬਾ ਠੀਕ ਆ ਆ ਜਾਓ ਇਧਰ ਸੰਦੀਪ ਜੀ ਇਹ ਸੂਆ ਦੂਜਾ ਅਦਾਂ ਦੇ ਸੂ ਬਣੀ ਆ ਜਿਹੜਾ ਰੁਕੇ ਤੁਸੀਂ ਹਾਂ ਸੂ ਬਣੀ ਜੀ ਹਾਂਜੀ ਜੀ ਠੀਕ ਆ ਲੇਵਲ ਦੇ ਕਮਾਲ ਹੀ ਕੀਤੀ ਪਈ ਜੀ ਲੇਵਾ ਤੇ ਗਾਈਆਂ ਨੂੰ ਤੇ ਸਰਨਾਂ ਨੂੰ ਖਾਇਆ ਤੇ ਕਾਲੀ ਸ਼ਾਹ ਝਟੀ ਹੈ ਜੀ ਵੇਖੋ ਆ ਦੇ ਤੇ ਗੇੜ ਗੜ ਤੇ ਹੁਣ ਤੇ ਗੇੜ ਗੜ ਤੇ ਹੁੰਦੀ ਤੇ ਦੰਦੋ ਸੰਦੀਪ ਦੀ ਚੌਗੀ ਆ 4 ਦੰਦ ਹਾਂਜੀ ਹਾਂਜੀ ਤੇ ਖੀਰੀ ਸਵਾਈ ਕਿੰਨੇ ਦੰਦੀ ਸੰਦੀਪ ਜੀ ਵਾਹ ਜੀ ਵਾਹ ਦੇਖ 4 ਦੰਦ ਝਟੀ ਹੈ ਜੀ ਬਸ ਸੂਪ ਬੁਗ ਬਸ ਅੱਜ ਅੱਜ ਸੰਦੀਪ ਸੂਪ ਪੈਣੀ ਹੈ ਇਹ ਤੇ ਰੰਗ ਵੇਖ ਜੀ ਆ ਬਾਈ ਜੀ ਕਿਵੇਂ ਕਿਵੇਂ ਨਾ ਜਾਮਣ ਵਰਗੀ ਜੈਡ ਬਲੈਕ ਜਾਮਣ ਵਰਗੀ ਵੇਖੋ ਜੀ ਨਹੀਂ ਜੀ ਲੇਵੇ ਵਾਲਾ ਘਮਾਇਓ ਯਾਰ ਹਾਂ ਨਾ ਵੇ ਲੇਵਾ ਆ ਦੇਖੋ ਆ ਦੇਖੋ ਜੀ ਦੇਖ ਆ ਜਾਓ ਜੀ ਆ ਜਾਓ ਆ ਦੇਖੋ ਜੀ ਬਾਕੀ ਸੰਦੀਪ ਜੀ ਸਵੇਰ ਨੂੰ ਜਦੋਂ ਨਾ ਆਪਣੀ ਵੀਡੀਓ ਹੋਣੀ ਆ ਹਾਂਜੀ ਸੂਪ ਪੈਣੀ ਹੈ ਬਿਲਕੁਲ ਜੀ ਬਿਲਕੁਲ ਤੇ 26 ਤੇ ਵੀਡੀਓ ਜੀ ਦੇਣਾ ਐਤਵਾਰ ਦੀ 27 ਨੂੰ ਵੀਡੀਓ ਆਣੀ ਹੈ ਨਾਲੇ ਇਹ ਬਾਕੀ ਜਿਹੜਾ ਵੀਰ ਭਰਾ ਮੰਨ ਲਾ ਜੇ ਕਿਨੇ ਸਾਡੇ ਕੋ ਸੂਈ ਖੜਨੀ ਹੋਵੇ ਨਾ ਹਾਂਜੀ ਤੇ ਸਾਡੇ ਨਾਲ ਸੌਦਾ ਕਰਦੇ ਸਕ ਭਾਈ ਸਾਡੇ ਕੋ ਸੂਈ ਝੋਟੀ ਲੈ ਜਾਂਦੇ ਸੰਦੀਪ ਬਿਲਕੁਲ ਬਾਜੀ ਬਿਲਕੁਲ ਬਿਲਕੁਲ ਬਾਕੀ ਐ ਸੰਦੀਪ ਜੀ ਐ ਜਾਮ ਹਾਂ ਜਾਮ ਹਾਂ ਹਾਂਜੀ ਸੰਦੀਪ ਜੀ ਇਹ ਝੋਟੀ ਲਿਆ ਉਹਦਾ ਇਹ ਵੀ ਇੱਕ 30 ਦੀ ਪਰ ਸਾਨੂੰ ਭਾਅ ਨਾ ਮਿਲੀ 1,10,000 ਦੇ ਦੇਦਾਂਗੇ ਤੁਹਾਨੂੰ ਇਹਦੇ 2000 ਕਰ ਦੋ ਚਲੋ ਟਾੜਿਆ ਬੱਕ ਕਰ ਦੇ ਕੋ ਜੀ ਬਹੁਤ ਸੋਹਣੀ ਝੁੱਟੀ ਹੈ ਜੀ ਸੰਦੀਪ ਜੀ ਮੁੱਲ ਜਿਹਨਾਂ ਨੂੰ ਭਾਣ ਹੈ ਮਿਲੀ ਤੇ ਰੇਟ ਵੀ ਆਪਾਂ ਜੀ ਵੇਖੋ ਤੇ ਹਾਂ ਜੈ 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 ਬਾਜੀ ਜੈ ਇਹ ਸੰਦੀਪ ਦੀ ਯਾਰ ਕਾ ਤੀਜੀ ਸੂਏ ਮੈਂ ਸੋਣੀ ਆ ਅੱਛਾ ਪਰ ਮੈਂ ਦੀ ਕੁਆਲਿਟੀ ਵੇਖੋ ਥਾਣ ਵੇਖੋ ਕਿੱਥੇ ਕਿੱਥੇ ਲੱਗਾ ਬੜਾ ਸੋਹਣਾ ਥਾਣ ਵੇਖੋ ਜੀ ਆ ਦੇਖੋ ਥਾਣ ਜੀ ਦੇਖੋ ਆਓ ਜੀ ਟੋਰ ਉਧਰ ਨੂੰ ਦੇਖੋ ਕੁਆਲਿਟੀ ਦੇਖੋ ਮਾਜੀ ਵੇਖੋ ਬਹੁਤ ਸੋਹਣੀ ਮਾਜੀ ਜੀ ਇਹ ਵੀ ਆ ਦੇਖੋ ਜੀ 14-15 ਕਿਲੋ ਵਾਲੀ ਮੈਂ ਆਇਆ ਦੇਖੋ ਜੀ ਵੱਡੀ ਮਾਜਾ ਪੂਰੀ ਜੀ ਪੂਰੀ ਭਾਰੀ ਮਾਜਾ ਆ ਜਾਓ ਜੀ ਕਮਾ ਲਿਓ ਦੇਖੋ ਜੀ ਆ ਠੀਕ ਆ ਥੋੜੇ ਭਲਾ ਭੁਣਾ ਪਈ ਆ ਨਾ ਭਾਜੀ ਹਾਂਜੀ ਵੀ ਸੰਦੀਪ ਜੀ ਅੱਜ ਦਾ ਸੂਬ ਜਾਂ ਸਵੇਰੇ ਸੂਬ ਤਿਆਰ ਹੀ ਆ ਜੀ ਠੀਕ ਆ ਹਾਂਜੀ ਇੱਕ ਦੋ ਦਿਨਾਂ ਤੱਕ ਵੀ ਬਸ ਤਿਆਰੀ ਰਹਿ ਜੀ ਕਰੋ ਭਾਜੀ ਫਿਰ ਇਹ ਸੰਦੀਪ ਜੀ ਆਪਾਂ ਬਾਹਲਾ ਮੁੱਲ ਨਹੀਂ ਕੋਈ ਕਰਨਾ ਦੇ ਹਾਂਜੀ ਇਹ ਆਪਾਂ 87000 ਦੀ ਦੇ ਦਾਂਗੇ 87000 ਦੀ ਹਾਂਜੀ 85 ਕਰ ਦਿਓ ਦੋ ਛੱਡ ਦੇ ਚਲੋ ਸੰਦੀਪ ਜੀ 85 ਦੀ ਬਾ ਠੀਕ ਹੈ ਨੀਲੀ ਆ ਗਈ ਤੋਕੜਾ ਹਾਂਜੀ ਹਾਂਜੀ ਕੱਲੀ ਤੋਕੜਾ ਇਹ ਸੰਦੀਪ ਜੀ 100% ਮੈਂ ਪੱਕੀ ਗੱਬਣ ਆ ਅੱਛਾ ਜੀ ਠੀਕ ਆ ਮੈਂ ਆਪਣੇ ਖਾਸ ਬੰਦੇ ਕੋਲ ਲਈ ਆ ਹਾਂਜੀ ਮੈਂ 100% ਪੱਕੀ ਗੱਬਣ ਲਈ ਆ ਠੀਕ ਆ ਆਪਣੇ ਕੋਲ ਗਈ ਆ ਆਪਣੇ ਕੋਲ ਗਈ ਆ ਪਰ ਆਪਾਂ ਹੁਣ ਦਾ ਚੈੱਕ ਕਰਾਉਣੀ ਹੈ ਦੁੱਧ ਬਾਜੀ ਕਿੰਨਾ ਦੁੱਧ ਸੰਦੀਪ ਜੀ ਦੇ ਕੋਲ ਸਹੀ ਜਿਹੜਾ ਆਈਟਮ ਨੇ ਪੱਕਾ ਦੁੱਧ ਕੰਡੇ ਵਾਲਾ ਦੁੱਧ ਹੈ ਨਾ ਹਾਂਜੀ ਉਹ ਝੂਟੇ ਹੋਏ ਆਈਟਮ ਨੇ 9 ਕਿਲੋ ਦੁੱਧ 9 ਕਿਲੋ ਦੇਖੋ ਜੀ ਪਿਓਰ ਨੀਲੀ ਰਾਵੀ ਝੋਟੀ ਦੇਖੋ ਕੁਆਲਿਟੀ ਦੇਖੋ ਵੱਡੀ ਮਾਜ ਹੈ ਜੀ ਵੇਖੋ ਸੰਦੀਪ ਜੀ ਆਪਣੀ ਵੀਡੀਓ ਤੇ ਪੈਕੇ ਝੋਟੀ ਵਿਕੀ ਠੀਕ ਹੈ ਬਾਜੀ ਠੀਕ ਆ 1,60,000 ਦੀ ਵੇਚੀ 1,60,000 ਦੀ ਵਿਕੀ ਸੀ ਜੀ ਤੇ ਹੁਣ ਮੁੱਲ ਵੇਖਿਆ ਬਾਈ ਨੇ ਬਿਲਕੁਲ ਜਾਇਜ਼ ਹੀ ਕਰਨਾ ਠੀਕ ਹੈ ਜੀ ਦੇਖੋ ਆ ਦੇਖੋ ਜੀ ਚਲੋ ਲੈ ਚਲੋ ਬਾਜੀ ਉੱਥੇ ਤੇ ਬਾਜੀ ਫਿਰ ਹੁਣ ਮੁੱਲ ਇਹਦਾ ਹੁਣ ਬਾਜੀ ਜੈਸਨ ਹੋ ਜੇ ਦੇਣ ਵਾਲੀ ਗੱਲ ਇਹ 75,000 ਦੀ ਦੇ ਦਾਂਗੇ 75,000 ਦੀ ਹਾਂ 75,000 ਦੀ ਦੇ ਦਾਂਗੇ ਤੇ ਦੀਆਂ ਇਹ ਬਾਲਾ ਨਹੀਂ ਕਰਨ ਲੱਗੇ ਬਾਜੀ ਸੰਦੀਪ ਜੀ ਝੋਟੀ ਵੇਖੋ ਹੁਣ ਕਿੰਨੀ ਵੱਡੀ ਆ ਦਾਦੇ ਜਿਹੜੀ ਗੱਲ ਕਰਨ ਵਾਲੀ ਹੈ ਚਲੋ ਹੋਰ ਮਾਨਤਨ ਕਰ ਦਾਂਗੇ ਜਿੱਦਾਂ ਕਰ ਦਿੰਦੀਆਂ 5,000 ਛੱਡ ਦੋ ਬਾਈ ਫਿਰ ਚਲੋ 70 ਦੀ ਦੇ ਬਾ ਠੀਕ ਆ ਜੀ ਠੀਕ ਹੈ ਛੱਡ ਦੇ ਕੋਈ ਨਹੀਂ ਹਾਂ ਠੀਕ ਹੈ ਆਈ ਪਸ਼ੂ ਜੀ ਆਈ ਹੋਈ ਦੇਖੋ ਜੀ ਆ ਪਸ਼ੂ ਬਾਈ ਨੇ ਕੋਲ ਜੀ ਚੈੱਕ ਕਰਕੇ ਚੁਆਈ ਕਰਕੇ ਠੀਕ ਹੈ ਜੀ ਕੁਆਲਿਟੀ ਦੇ ਪਸ਼ੂ ਪੂਰੇ ਕਿ ਨਹੀਂ ਬਾਈ ਜੀ ਸੰਦੀਪ ਜੀ ਜਿੰਨਾ ਕਹਿਗਾ ਆਪਣੇ ਤੋਂ ਵਧੀਆ ਮਾਲ ਹੈ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਸੰਦੀਪ ਜੀ ਦੁੰਦੀ ਵਾਲ ਫੇਰ ਕੈਮਰਾ ਕੇ ਮੜਾ ਕੇ ਹਾਂ ਵਿਖਾਓ ਜੀ ਵਿਖਾਓ ਬਾਕੀ ਇਹੋ ਜਿਹਾ ਕਿ ਬਿਰਲੀ ਨੂੰ ਥਾਂ ਸੁਣ ਲੱਗਦਾ ਲੱਗਦਾ ਬਾਜੀ ਲੱਗਦਾ ਬਿਲਕੁਲ ਲੱਗਦਾ ਜੀ ਤੇ ਬਾਜੀ ਫਿਰ ਜਿਹੜੀ ਉਹ ਮੱਝ ਗਈ ਸੀ ਉਹ ਡਲ ਗਈ ਕਿੱਥੇ ਗਈ ਡਲੀ ਡਲੀ ਗਈ ਚੰਗੀ ਚੰਗੀ ਵਧੀਆ ਵਧੀਆ ਸੰਦੀਪ ਦੀ ਉਹ 20 ਕਿਲੋ ਮੈਂ ਤਾਂ ਨਹੀਂ ਨਹੀਂ ਹਾਂ ਮੈਂ ਵੀ ਬਹੁਤ ਚੰਗੇ ਹਾਂ ਮੈਂ ਵੀ ਚੰਗੀ ਸੰਦੀਪ ਦੀ ਦੀ ਇਹ ਲੱਭ ਕੇ ਲਿਆ ਹੋ ਕੋਕਾ ਪੀ ਸੰਦੀਪ ਦੀ ਆਪਣੇ ਤੋਂ ਕਮਤ ਕਰੀਏ ਬਾਜ਼ਾਰ ਥੋੜਾ ਜਿਹਾ ਤੇਜ਼ ਤੇਜ਼ ਆ ਫਰਾਣਾ ਔਖਾ ਕੋਈ ਨਹੀਂ ਤੇਜ਼ ਨਾ ਤੇ ਚੰਗੀ ਮੈਂ ਤਾਂ ਚੰਗਾ ਹੀ ਮੁੱਲ ਲਾਇਆ ਬਿਲਕੁਲ ਬਿਲਕੁਲ ਬਾਜੀ ਬਿਲਕੁਲ ਮੁੱਲ ਲਉਣੀ ਸੰਦੀਪ ਜੀ ਕਸਰ ਛੱਡਦੇ ਨਹੀਂ ਛੱਡਦੇ ਬਾਜੀ ਸਹੀ ਗੱਲ ਹੈ ਚਲੋ ਨੰਬਰ ਬਾਜੀ ਫਿਰ ਆਪਣਾ 9876615 ਜੇ ਸ਼ੁਭਨਾਮ ਜਗਦੀਪ ਸਿੰਘ ਦੇ ਜ਼ਿਲ੍ਹਾ ਗੁਰਦਾਸਪੁਰ ਫਤਿਹਗੜ੍ਹ ਚੂੜੀਆਂ ਪਿੰਡ ਨੇੜੇ ਡੋਗਰ ਦੇ 5 ਕਿਲੋਮੀਟਰ ਤੇ ਠੀਕ ਹੈ ਬਾਜੀ ਸਤਿ ਸ਼੍ਰੀ ਅਕਾਲ ਜੀ।